ਵਾਹ ਭਾਈ ਵਾਹ, ਹੈਂ ਤੋਹਫਾ ਲੈ ਆਂਦਾ ਈ ਬਾਈ ਕਿਦੋਂ ਮੀਆਂ, ਇੱਕ ਵਾਰੀ ਮੋੜ ਇੱਕ ਫੇਰ ਆਓ ਆਪਣੇ ਨੁਕਰੀ ਗੋੜੀ ਹੈ ਦੋਸਤਾਂ ਨੂੰ ਵਿਖਾਨੇ ਆ, ਡਿਟੇਲਾਂ ਸ਼ੇਅਰ ਕਰਦੇ ਹਾਂ, ਰਾਬਤਾ ਨੰਬਰ ਮੁਹੰਮਦ ਕਾਸਮ ਦਾ ਸ਼ੇਅਰ ਕਰਦੇ ਹਾਂ, ਹਾਰਸ ਬੈਲੈਂਸ ਡਾਇਟ ਘੋੜਿਆਂ ਵਾਸਤੇ ਖਾਸ ਮਸਾਲਾ ਉਹ ਤਿਆਰ ਹੈ ਜਿਸ ਦੋਸਤ ਨੂੰ ਚਾਹੀਦਾ। ਵੀਡੀਓ ਸਟਾਰਟ ਦੇ ਵੀ ਮੇਰਾ ਨੰਬਰ ਚੱਲਦਾ ਪਿਆ, ਬਾਕੀ ਘੋੜੀ ਵਾਸਤੇ ਮੁਹੰਮਦ ਕਾਸਮ ਦਾ ਨੰਬਰ ਚੱਲ ਰਿਹਾ, ਬਗੈਰ ਕਿਸੇ ਦਲਾਲ ਦੇ ਵਿਚੋਲਾ ਪਾਇਆ, ਬਗੈਰ ਟੀਕੇ ਲਵਾਇਆ, ਤੁਸੀਂ ਦਫ਼ਤਰ ਡਾਇਰੈਕਟਲੀ ਤੌਰ ਦੇ ਉੱਤੇ ਜਿਸ ਟਾਈਮ ਮਾਲਕ ਦਾ ਨੰਬਰ ਵਿੱਚ ਮੌਜੂਦ ਹੁੰਦਾ ਤਾਂ ਤੁਸੀਂ ਮਾਲਕ ਨਾਲ ਹੀ ਕਰ ਲਿਆ ਕਰੋ, ਬਜਾਏ ਇਸ ਦੇ ਕਿ ਵਿੱਚ ਬੰਦੇ ਐਡ ਜਿਤਨੇ ਕਰ ਸੋ ਉਤਨੇ ਤੁਹਾਨੂੰ ਉਹਦੇ ਚਾਰਜਿਸ ਜਿਹੜੇ ਆਏ ਨੇ ਉਹ ਜ਼ਿਆਦਾ ਪੰਦੇ ਜਾਣਗੇ। ਬਾਕੀ ਘੋੜੀ ਵੇਂਦੇ ਹਾਂ, ਡਿਟੇਲ ਸ਼ੇਅਰ ਕਰਦੇ ਹਾਂ, ਰਾਬਤਾ ਨੰਬਰ ਸ਼ੇਅਰ ਕਰਦੇ ਹਾਂ। ਹਾਂਜੀ ਦੋਸਤੋ, ਘੋੜੀ ਦਾ ਡਾਂਸ ਚੈੱਕ ਕਰ ਲੈਣਾ ਜੀ, ਹਾਂਜੀ ਦੋਸਤੋ ਘੋੜੀ ਨੂੰ ਨਜ਼ਰ ਮਾਰ ਲੈਣੀ ਹੈ ਜੀ, ਚੜੀ ਇਹਦੀ ਟਾਈਮਲੀ ਅਸੀਂ ਬਣਾ ਲਈਏ, ਇਹਦੇ ਮੁਹੰਮਦ ਕਾਸਮ ਆਖਿਆ ਵੀ ਘੋੜੀ ਨਵਾ ਕੇ ਮੈਂ ਵਿਖਾਣੀ ਹੈ, ਉਂਝ ਨਹੀਂ ਮੈਂ ਵਿਖਾਣੀ, ਮੇਰੀ ਸੋਹਣੀ ਘੋੜੀ ਆ ਅਤੇ ਬੂਥੀ ਨੂੰ ਨਜ਼ਰ ਮਾਰੋ, ਇਹਦੀ ਚੜੀ ਵੀ ਤੁਹਾਨੂੰ ਵਿਖਾਨੇ ਆ, ਲੇਕਿਨ ਚੜੀ ਇਹਦੀ ਦਿਨ ਟਾਈਮ ਦੀ ਹੈ, ਵੀਡੀਓ ਰਿਕਾਰਡਿੰਗ ਛੁੱਤਰੀ ਚੱਲਦੀ ਹੈ। ਹਾਂਜੀ ਜਿਤਨੀ ਮਰਜ਼ੀ ਚੜਾਓ ਘੋੜੀ ਚੱਲਦੀ ਹੈ, ਅਸੀਲ ਸ਼ਰੀ ਇਹ ਫਸਟ ਟਾਈਮ ਹੈ ਕਿ ਅੱਜ ਤੇਰੀ ਵੀਡੀਓ ਕੋ ਰਾਤ ਟਾਈਮ ਬਣਦੀ ਪਈ ਹੈ, ਮਾਸ਼ਾਅੱਲਾ ਜੀ ਸੀਨੇ ਨੂੰ ਨਜ਼ਰ ਮਾਰਨੀ ਹੈ, ਸੋਮ ਗਾਮਚੀ ਗੋੜੀ ਦੀ ਹੈ, ਕੀ ਆਂਦਾ ਵੀ ਲੇਲਾ ਟੱਪਦਾ ਇਹਦੇ ਚ, ਜੋੜ ਮੁੱਠੇ ਐਂ ਪਰ ਮੂੰਹ ਕਰਾ ਪੁੱਠਾ ਤਾਂ ਨਜ਼ਰ ਆ ਸਕੇ ਪੁੱਠਾ ਗੋੜੀ ਦਾ, ਹਾਂ ਪੁੱਠਾ ਗੋੜੀ ਬਸ ਬਸ ਖਲੀ ਰਾਂਡੇ ਖਲੀ ਰਾਂਡੇ ਇਸ ਪਾਸੇ ਇਧਰਲਾ ਪਾਸਾ ਵੀ ਖਾਵੀ ਗੋੜੀ ਦਾ, ਐਂ ਫੇਰ ਨਾ ਦੂਸਰੀ ਸਾਈਡ ਗੋੜੀ ਦੀ ਤਸੱਲੀ ਕਰਾ ਲਓ, ਮਾਸ਼ਾਅੱਲਾ। ਹਾਂਜੀ ਦੋਸਤੋ ਗੋੜੀ ਦੀ ਚੜੀ ਚੈੱਕ ਕਰ ਲੈਣੀ ਹੈ, ਮਾਸ਼ਾਅੱਲਾ ਇਹਦੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਨੇ ਆ ਜੀ, ਫਿਰ ਨੁਕਰੀ ਗੋੜੀ ਵਾਹ ਗੋੜੀ ਵਾਹ, ਮਾਸ਼ਾਅੱਲਾ ਗੋੜੀ ਮਾਸ਼ਾਅੱਲਾ ਚੜੀ ਦੀ ਬਹੁਤ ਸਾਫ਼ ਹੈ ਜੀ, ਵਾਹ ਭਾਈ ਵਾਹ, ਹੈਂ ਤੋਹਫਾ ਲੈ ਆਉਂਦਾ ਹੀ ਬਾਈ ਕਿਦੋਂ ਮੀਆਂ, ਇੱਕ ਵਾਰੀ ਮੋੜ ਇੱਕ ਪੇੜਾ ਹੋਰ ਦੀ ਇੱਕ ਇੱਕ ਗੇੜਾ ਹੋਰ ਦੀ ਆਵਾਜ਼ ਯਾਰ, ਮਾਸ਼ਾਅੱਲਾ ਜੀ ਚੜੀ ਦੀ ਸਾਫ਼ ਹੈ ਗੋੜੀ,
ਦੁਬਾਰਾ ਤੋਂ ਇਹਦੀ ਚੜੀ ਚੈੱਕ ਕਰ ਲੈਣੀ ਹੈ। ਖੈਰਾ ਵੀ ਘੋੜੀ ਮੋੜਦਾ ਵਾਹ ਘੋੜੀ ਵਾਹ। ਹਾਂ ਜੀ ਦੋਸਤੋ ਚੜੀ ਚੈੱਕ ਕਰ ਲੈਣੀ ਹੈ, ਮਾਸ਼ਾਅੱਲਾ ਸਾਫ ਹੈ, ਬਾਕੀ ਮੌਕੇ ਦੀ ਤਸੱਲੀ ਹੈ। ਹਰ ਦੋਸਤ ਮੌਕੇ 'ਤੇ ਜਾਨਵਰ ਪਾਸ ਕਰੇ। ਮਾਸ਼ਾਅੱਲਾ ਖੈਰ ਆ ਵੀ ਗੋੜੀ ਤੇ ਇੱਥੇ ਲੈ ਆਓ ਜੀ। ਹਾਂ ਇਹਦੀ ਚੜੀ ਵੀ ਖਾਂਦੇ ਆ ਤੇ ਹਾਂ ਜੀ ਦੋਸਤੋ ਘੋੜੀ ਦਾ ਕੱਦ ਕਰ ਲੈਂਦੇ ਹਾਂ ਤੇ ਫਿਰ ਇਹਦੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਨੇ ਆ ਜੀ। ਲੈਟ ਜ਼ਰਾ ਪੈਰ ਵੀ ਖਾ ਜ਼ਰਾ ਕਰੀ ਹਾਂਜੀ ਕੱਦ ਮਾਸ਼ਾਅੱਲਾ ਇੰਚ ਟੇਪ ਦੇ ਨਾਲ ਤਕਰੀਬਨ 58 ਬਣਦਾ ਪਿਆ। ਹਾਂਜੀ ਚਲੋ ਹੀ ਜਾਂਦੇ ਹਾਂ ਉਹ ਤਾਂ ਜ਼ਾਹਰੀ ਗੱਲ ਹਾਂਜੀ ਚਲੋ ਜੀ ਬਿਲਕੁਲ ਉਹ ਤਾਂ ਰਫ ਆਈਡੀਆ ਸ਼ੇਅਰ ਕਰਨਾ ਹੁੰਦਾ ਦੋਸਤਾਂ ਨਾਲ। ਨਹੀਂ ਉਹ ਤਾਂ ਦੇ ਟਾਈਮ ਵਾਲੀ ਜਿਹੜੀ ਇਹਦੀ ਬਣੀ ਹੋਈ ਹੈ ਵਿੱਚ ਚੜੀ ਛੜੀ ਵੀ ਹੈ। ਹਾਂਜੀ ਉਸਲੇ ਤਾਂ ਸਾਰੀ ਮਲੂਟੀ ਹੋਈ ਹੋਈ ਹੈ ਘੋੜੀ। ਚਲੋ ਮਾਸ਼ਾਅੱਲਾ ਜੀ ਇਹਦੀ ਡਿਟੇਲ ਲੈਂਦੇ ਆ। ਮੁਹੰਮਦ ਕਾਸਿਮ ਘੋੜੀ ਦੀ ਕੀ ਉਮਰ ਹੈ? ਉਮਰ ਬਾਈਜਾਨ ਘੋੜੀ ਦੀ 4 ਸਾਲ ਹੈ। 4 ਸਾਲ ਜੀ 4 ਸਾਲ ਮੂੰਹ ਪੱਟ ਆਓ ਜੀ ਅੱਜ ਪੂਰਾ ਮੂੰਹ ਪੱਟਣਾ ਹੀ ਕਿਉਂਕਿ ਜਿਹੜਾ ਚਰੇਡਾ ਬਾਈਜਾਨ ਇਹ ਵੇਖੋ ਆਖੋ ਸਾਰਾ ਮੂੰਹ ਖੋਲ ਦੇਣਾ ਆ ਚੈੱਕ ਕਰ ਲਓ ਉਮਰ 4 ਸਾਲ ਨਾ ਹੋਵੇ ਅੱਗੇ ਕਦੀ ਨਹੀਂ ਗਲਤ ਗੱਲ ਕਿਤੇ ਸਾਰਾ ਮੂੰਹ ਖੋਲੀ ਕਲਾ ਇਧੂ ਲਾਇਆ ਐਲਾ ਕਲੈਟ ਵੱਡੀ ਚਾਹ ਕੇ ਮਾਰੀਏ ਬਸ ਠੀਕ ਹੈ ਨਜ਼ਰ ਆ ਗਈ ਘੋੜੀ ਉਮਰ 4 ਸਾਲ ਜਿਹੜੀ ਗੱਲ ਅਗਰੀ ਘੋੜੀ ਦੀ ਤੇ ਲਾਈ ਆਏ ਜਨਾਬ ਤੇ ਕੱਢੇ ਲੱਗੀ ਆਈ ਉਸੇ ਰਾਤੀ ਸੌਦਾ ਹੋ ਗਿਆ। ਅੱਛਾ ਉਸੇ ਰਾਤੀ ਭੈਣ ਤੁਹਾਨੂੰ ਮੈਂ ਆਖਿਆ ਤੁਸੀਂ ਲਾ ਲਾ ਹੋ ਉਸੇ ਟਾਈਮ ਘੋੜੀ ਦਾ ਸੌਦਾ ਹੋ ਗਿਆ ਸੇਲ ਹੋ ਗਈ ਹੈ ਜੀ ਉਸੇ ਫਾਰਮ ਚੋਂ ਹੀ ਆ ਘੋੜੀ ਉਹ ਹੀ ਆਈ ਖਰਤੀ ਜਿਹੜੀ ਅੱਗੇ ਉਸ ਫਾਰਮ ਚੋਂ ਆਈ ਹੈ ਉਸੇ ਫਾਰਮ ਰੰਗ ਨੁਕਰਾ ਹੋ ਗਿਆ ਚਾਂਦੀ ਨੁਕਰੀ ਜੀ ਹੱਥਾਂ ਪੈਰਾਂ ਦੀ ਬਿਲਕੁਲ ਸੌਂਡ ਦਿਖਾ ਨਾ ਆ ਛੋੜਾ ਕੜੇ ਲਾ ਛੋੜੋ ਆ ਕੜੇ ਲਾ ਛੋੜ ਘੋੜੀ ਦੇ ਲਾ ਸਾਫ ਹੈ ਘੋੜੀ ਹਾਂ ਕੜੇ ਲਾ ਛੋੜੋ ਕੜੇ ਲਾ ਘੋੜੀ ਦੀ ਨਲੀ ਬੁੱਥੀ ਯਾਰ ਹੱਥਾਂ ਪੈਰਾਂ ਦੀ ਮੁਹੰਮਦ ਕਾਸਿਮ ਸਾਫ ਹੈ ਘੋੜੀ ਮੈਂ ਜਾਣੇ ਤੁਸੀਂ ਆ ਚੈੱਕ ਕਰਾਓ ਨਾ ਸੌਂਬ ਘੋੜੀ ਦਾ ਚੈੱਕ ਕਰਾ ਗਮ ਚ ਚੈੱਕ ਕਰਾ ਨਲੀ ਚੈੱਕ ਕਰਾ ਸੀਨਾ ਘੋੜੀ ਦਾ ਚੈੱਕ ਕਰਾ ਡਲੀਆਂ ਵਾਲਾ ਸੀਨਾ ਚੈੱਕ ਕਰਾ ਪੁੱਠਾ ਘੋੜੀ ਦਾ ਡਲੀਆਂ ਯਾਰ ਬਸ ਬੇਟੇ ਬਸ ਦੇਸੀ ਹੈ ਪਿਓਰ ਦੇਸੀ ਘੋੜੀ ਟੋਰੇ ਬਾਅਦ ਛੁੱਤਰੀ ਚੱਲਦੀ ਹੈ। ਅੱਛਾ ਵਿਸ਼ਾ ਕੋ ਵੀਡੀਓ ਵਿੱਚ ਅਟੈਚ ਤੁਸੀਂ ਕਰਨੀ ਘੋੜੀ ਚੰਗੀ ਟੁੱਟ ਟੁੱਟ ਜਾਣਦੀ ਹੈ ਜੀ। ਅੱਛਾ ਜਿਹਦਾ ਮੈਦਾਨ ਹੀ ਘੋੜੀ ਟੁੱਟਦੀ ਹੈ ਨਾ ਚਾਸ ਬਣਾ ਦਿੰਦੀ ਹੈ। ਅੱਛਾ ਜੀ ਇਹ ਕਿਹੜੇ ਮਾਂ ਪਿਓ ਦੀ ਹੈ? ਬਜਨ ਇਹ ਸਾਈਆਂ ਦਾ ਅਖਣ ਰਸਤਮ ਘੋੜੇ ਦੀ ਜੀ। ਅੱਛਾ ਪਿਛਲੇ ਸਾਈਆਂ ਦਾ ਜੀ ਸਾਈਆਂ ਦਾ ਅਖਣ ਮੇਰੇ ਘਰ ਦੀਆਂ ਕਿਹਨੀ ਆਉਂਦੀਆਂ ਬਾਈ ਆ ਨਹੀਂ ਅਸਾਂ ਦੱਸਦੇ ਤਰ੍ਹਾਂ ਨੇ ਆਏ ਵੇ ਪਿਛਲਿਆਂ ਦੀ ਦਾਸਤ ਗੱਲ ਬਾਤ ਹੁੰਦੀ ਹੈ ਨਾ ਹੀ ਕੋਈ ਸਗੀਰ ਬਾਸ ਦੀ ਵੀਡੀਓ ਹਰ ਕਿਹਾ
ਹਰ ਵਿਆਹ ਘਰ ਹੁੰਦੀ ਹੈ ਜੀ ਜੀ, ਆਪਣੀ ਤਸੱਲੀ ਹਰ ਜਾਨਵਰ ਦੀ ਕਰਿਆ ਕਰੋ, ਜਿਸ ਪੈਸੇ ਦੇਣੇ ਨਾਲ ਆਪਣਾ ਮੌਕਾ ਪਾਸ ਕਰਿਆ, ਬਿਲਕੁਲ ਜੇ ਕੋਈ ਬੰਦਾ ਬਾਹਰੋਂ ਵਹਿੰਦਾ ਪਿਆ ਤਾਂ ਉਹ ਆਪਣਾ ਬੰਦਾ ਭੇਜ ਕੇ ਤਸੱਲੀ ਕਰਾ ਲਓ, ਬਿਲਕੁਲ ਜਾਇਜ਼ ਗੱਲ। ਬਾਕੀ ਸਾਡੀਆਂ ਘਰ ਦੀਆਂ ਕੀ ਨਹੀਂ ਹੁੰਦੀਆਂ, ਮੈਂ ਹਰ ਵੀਡੀਓ ਚਾਹ ਦੋ ਬਈ ਇਹਨਾਂ ਯਾਰ ਮੇਰੀਆਂ ਘਰ ਦੀਆਂ ਕੀ ਨੇ, ਮੇਰੀਆਂ ਮੋਲ ਦੀਆਂ ਗੋੜੀਆਂ ਹੁੰਦੀਆਂ, ਗੋੜੀਆਂ ਹੁੰਦੀਆਂ ਜੀ ਜੀ, ਜਿਹੜੀ ਸਾਈਆਂ ਗੱਲ ਕਰਨੀ ਮੈਂ ਉਹ ਗੱਲ ਕਰ, ਬਿਲਕੁਲ ਜ਼ਾਹਿਰੀ ਗੱਲ ਹੈ ਉਹੀ ਆਉਣੀ ਹੈ। ਤੇ ਖਾਲੀ ਹੈ ਜੇ ਗੱਬਣੇ ਬਾਈ ਜਾਨ, ਗੋੜੀ ਦਾ ਇੱਕ ਸੁਆ ਸੋਈ ਹੋਈ ਹੈ ਜੀ, ਅੱਛਾ ਬਾਕੀ ਗੋੜੀ ਖਾਲੀ ਹੈ, ਵੀ ਸ਼ੱਕ ਵੀ ਕੋਈ ਆ ਕੇ ਚੈੱਕ ਕਰਾ ਕੇ ਲੈ ਜਾਏ, ਤਸੱਲੀ ਕਰਾ ਕੇ, ਹਾਂ ਤਸੱਲੀ ਕਰਕੇ ਲੈ, ਹਾਂਜੀ ਠੀਕ ਹੋ ਗਿਆ। ਕੱਦ 58 ਇੰਚ ਹੋ ਗਿਆ, ਖਾਲੀ ਹੈ ਗੋੜੀ, ਇਸ ਟਾਈਮ ਬ੍ਰੀਡਰ ਗੋੜੀ ਹੈ, ਹਾਂ ਬ੍ਰੀਡਰ, ਚੜੀ ਛੜੀ ਦੀ ਸਾਫ ਹੈ, ਚੜੀ ਦੀ ਚੰਗੀ ਤੌਰ ਬਾਅਦ ਗੋੜੀ ਹੈ, ਅੱਛਾ ਠੀਕ ਹੋ ਗਿਆ। ਉਹਨਾਂ ਕਾਸੇ ਮੇ ਤਾਂ ਡਿਮਾਂਡ ਕੀ ਕਰਦਾ ਪਿਆ ਗੋੜੀ ਦੀ ਬਾਈ, ਸਗੀ ਰੇਂਜ ਹੈ ਤੁਹਾਨੂੰ ਪਤਾ ਹੈ, ਨੌਕਰੀਆਂ ਦਾ ਮੋੜ ਤੈਨੂੰ ਪਤਾ, ਰੇਟ ਤਾਂ ਖਾ ਲੈਂਦੀਆਂ, ਹਾਂਜੀ ਡਿਮਾਂਡ 12.5 ਲੱਖ ਰੁਪਏ, 12.5 ਲੱਖ ਰੁਪਏ ਜੀ, ਤੇ ਕੋ ਰਾਇਤ ਯਾਰ ਮੈਂ ਜ਼ਰੂਰ ਇਹਨਾਂ ਹੋ ਜਾਸੀ 11 ਲੱਖ ਦੀ ਗੋੜੀ ਫਾਈਨਲ ਮੈਂ ਦੇ ਛੱਡਣੀ, ਜਿਹੜਾ ਵੀਰਾ ਜਿਹੜਾ ਮੇਰੇ ਨਾਲ ਸੌਦਾ ਕਰਦਾ ਨਾ, ਸਿਰਫ ਦੋ ਟੋਕੇ ਜਿਹਦਾ ਕਿਸੇ ਨੂੰ ਪਸੰਦ ਆ ਜਾਂਦਾ, ਦੋ ਗੱਲਾਂ ਚ ਨਹੀਂ ਨਹੀਂ, ਉਹ ਤਾਂ ਪਸੰਦ ਵਾਲੇ ਬੰਦੇ ਦੀਆਂ ਤਾਂ ਹੁੰਦੀਆਂ ਹੀ ਦੋ ਗੱਲਾਂ, ਹਾਂ ਜਿਹੜਾ ਗੱਲ ਸੁਣ, ਜਿਹੜਾ ਸਮਝਣ ਵਾਲਾ ਹੈ ਤੇ ਜਿਹੜਾ ਸਮਝਣ ਵਾਲਾ ਉਹ ਸੌਦਾ ਕਰ, ਇਹ ਹਕੀਕਤ ਹੈ ਵੀ ਜਿਸ ਬੰਦੇ ਛੈ ਲੈਣੀ ਹੁੰਦੀ ਹੈ ਉਹ ਨਾ ਕੋਈ ਹੋਰ ਸੱਜੇ ਖੱਬੇ ਦੀ ਗੱਲ ਕਰਦਾ, ਉਹ ਆਪਣਾ ਜਾਨਵਰ ਉਹਨੂੰ ਪਸੰਦ ਆਉਂਦਾ ਤਾਂ ਦੋ ਟੋਕੀ ਗੱਲ ਹੁੰਦੀ ਹੈ, ਸੌਦਾ ਫਾਈਨਲ ਹੋ ਜਾਂਦਾ, ਬਾਕੀ ਜ਼ਿੰਮੇਵਾਰੀ ਦੇ ਛੁੜਿੰਦੀ, ਪੁੱਠਾ ਵਿਖਾ 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 ਗੋੜੇ ਦਾ, ਅਸੀਂ ਫੇਰ ਲਈਏ ਗੋੜੇ ਦਾ ਮੂੰਹ ਆਨਾ ਦਾ, ਸੀਨਾ ਗੋੜੇ ਦਾ ਦੁਆਰਾ, ਕੋਈ ਨਹੀਂ ਉਹ ਤਾਂ ਮੈਂ ਅੱਗੇ ਵਿਖਾ ਚੁੱਕਿਆ, ਨਹੀਂ ਨਹੀਂ ਇਹ ਫਿਰ ਮਜ਼ੀਦ ਤੁਸੀਂ ਵਿਖਾਓ, ਕਨੌਤੀ ਕੰਨ ਛੋਟਾ ਛੋਟਾ ਗੋੜੇ ਦਾ, ਬਾਕੀ ਗੋੜੇ ਦੇ ਵਿੱਚ ਚਲਾਕੀਆਂ ਚੰਗੀਆਂ, ਬਸ ਬੇਟੇ ਬਸ, ਗ੍ਰਾਂਟ ਸ਼ਰਾਂਟ ਪੂਰਨ ਗੋੜੇ, ਹਾਏ ਹਾਏ ਹਾਏ, ਇਹਦੇ ਮਗਰੂ ਆ ਛੋੜਾ, ਇਹਦੇ ਮਗਰੂ ਆ, ਇਹਦੇ ਆ ਗੋੜੀ ਕੋਲ ਕ੍ਰਾਂਟ ਇਤਨੇ ਨੇ, ਮੈਂ ਤੈਨੂੰ ਕੀ ਦੱਸਾਂ, ਚੱਲ ਗਾ ਧੀ, ਓਏ 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 ਓਏ, ਨਾ 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 ਨਾ, ਬਸ ਕਰ ਬਸ ਕਰ ਬਸ ਬਸ, ਚੱਲ 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 ਚੱਲ, ਲਾਜ਼ਮੀ ਸਬਸਕ੍ਰਾਈਬ ਕਰਨਾ, ਇਹਦੇ ਨਾਲ ਆਪਣੇ ਵੀਰ ਸਗੀਰ ਅਬਾਸ ਨੂੰ ਦਿਓ ਇਜਾਜ਼ਤ, ਰੱਬ ਰੱਖ।